புறத்து சாடு சாடு அமரச்சாடு அமிரத் அமிரத் சாடு பிக்கே பிக் கை ਟੈਮ ਹੋਇਆ ਰਹਿ ਰਾਜ ਸਾਹਿਬ ਦਾ ਖੁੱਲ ਗਿਆ ਬੜ ਸਾਹਿਬ ਆਖੋ ਸਤਿ ਇਹੋ ਜਿਹਾ ਲਿੰਕ ਵੱਜਿਆ 45 ਮਿੰਟ ਇੱਕ ਘੰਟਾ ਪਤਾ ਹੀ ਨਹੀਂ ਲੱਗਾ ਕਿਸੇ ਦਾ ਪੜ ਕਿਸੇ ਨੂੰ ਭੇਜ ਕਿਸੇ ਦਾ ਪੜ ਕਿਸੇ ਨੂੰ ਭੇਜ ਤੇਰੀ ਰਹਿ ਰਾਜ ਸਾਹਿਬ ਅੰਮ੍ਰਿਤ ਵਰਗੀ ਛੱਡ ਕੇ ਮਹਾਰਾਜ ਯਹਿਰ ਆ ਗਿਆ ਆਖੋ ਸਤਿ 5-10 ਪੈਸੇ ਕੋਈ ਚੰਗੀ ਚੀਜ਼ ਵੀ ਹੋਊ ਐਡੀ ਮਸਤੀ ਕਿ 80-80 ਮਿੰਟ 67 ਮਿੰਟ ਬੰਦੇ ਨੂੰ ਪਤਾ ਹੀ ਨਹੀਂ ਮੈਂ ਬੈਠਾ ਕਿੱਥੇ ਆ ਆਖੋ ਸਾਧ ਬੋਲਿਓ ਜੀ ਅੰਮ੍ਰਿਤ ਛਾੜ ਅੰਮ੍ਰਿਤ ਛਾੜ ਅੰਮ੍ਰਿਤ ਛਾੜ ਬਿਖੇ ਬਿਖ ਖਾ ਭੂਲੇ ਸੁੱਤ ਤਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਆ ਗੁਰ ਸੰਗਤ ਦੇਖ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀ ਰਤ ਕੀ ਗੌਰ ਰਾਮਦਾਸ ਰਾਖੋ ਸ਼ਰਨਾਈ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦਿਲਾਜ ਨਾ ਕਰੀ ਕਿਸੇ ਦਾ ਮੁਖਾਰੀਆਂ ਭੈਣਾ ਧੰਨ ਗੁਰੂ ਰੱਖੀ ਹਾਂਜੀ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦਿਲਾਜ ਨਾ ਕਰੀ ਕਿਸੇ ਦਾ ਮੁਥਾਜ ਧੰਨ ਗੁਰੂ ਹਾ ਰੱਖੀ ਜੋ ਆਵਤ ਸਰਣ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸਰਣ ਤੁਮਾਰੀ ਕਰ ਜੀਓ ਰਾਖੋ ਲਾਜ ਮੁਰਾ ਰੱਖੀ ਗਰੀਬ ਦਿਲਾਜ ਨਾ ਕਰੀ ਕਿਸੇ ਦਾ ਮੁਥਾਜ ਧੰਨ ਗੁਰੂ ਆ ਰੱਖੀ ਗੁਰੂ ਅਮਰਦਾਸ ਥਿਰ ਥੱਪਿਓ ਗੁਰੀ ਅਮਰਦਾਸ ਥਿਰ ਥੱਪਿਓ ਪਰਗਾਮੀ ਤਾਰਨ ਤਰਨ ਅਗ ਅੰਤਕ ਨਾ ਬਦੇ ਸਲਕਾਉ ਗੁਰੂ ਰਾਮਦਾਸ ਤੇਰੀ ਸ਼ਰਣ
ਪੈਣਾ ਧੰਨ ਗੁਰੂ ਰੱਖੀ ਗਰੀਬ ਨਾ ਕਰੀ ਕਿਸੇ ਦਾ ਮੁਥਾਜ ਨਾ ਕਰੀ ਨਾ ਕਰੀ ਨਾ ਕਰੀ ਹੁਣ ਟਾਈਮ ਲੱਗ ਜਾਣਾ ਫਾਲਤੂ ਖਰਚੇ ਰੱਖੋ ਨਾ ਜਿੰਨਾ ਕੁ ਘਰ ਦਾ ਖਰਚਾ ਫਿਰ ਕਹਿ ਸਕਦੇ ਹੋ ਮਹਾਰਾਜ ਉਹਨਾਂ ਕੁ ਭੇਜੀ ਜਾਈ ਕਿਸੇ ਅੱਗੇ ਹੱਥ ਨਾ ਡੱਡਣੇ ਪੈਣ ਕਿਸੇ ਦਾ ਮੁਥਾਜ ਨਾ ਕਰੀ ਕੁਝ ਬੀਬੀਆਂ ਨੂੰ ਮੈਂ ਬੜੇ ਵਾਰੀ ਸੁਣਿਆ ਬਚਨ ਕਰਦਿਆਂ ਮੈਨੂੰ ਚੰਗੇ ਲੱਗੇ ਹੈ ਉਹ ਬੀਬੀਆਂ ਇਹ ਅਰਦਾਸ ਕਰਦੀਆਂ ਗੁਰੂ ਰਾਮਦਾਸ ਜਿੰਨੇ ਸਵਾਸ ਦੇਣੇ ਦੇ ਰੋਗਤਾ ਦੇ ਕੇ ਰੱਖੀ ਚੱਲਦੇ ਫਿਰਦੇ ਧਰਤੀ ਤੋਂ ਜਾਈਏ ਕੋਈ ਇਹੋ ਜਿਹੀ ਬਿਮਾਰੀ ਨਾ ਲਾਈ ਕਿ ਘਰ ਦੇ ਕਿਸੇ ਮੈਂਬਰ ਦੀ ਮੁਥਾਜੀ ਸਹਿਣੀ ਪੈ ਜਾਵੇ ਇਹ ਵੀ ਮੁਥਾਜੀ ਨਾ ਕਰੀ ਕਿਸੇ ਦਾ ਮੁਥਾਜ ਮਾਇਆ ਕਰਕੇ ਵੀ ਸਰੀਰ ਦੀ ਦੇਹ ਰੋਗਤਾ ਕਰਕੇ ਤੀਜਾ ਆਲਸ ਨਹੀਂ ਜਾਂਦਾ ਤੇ ਆਲਸ ਦੀ ਮੁਥਾਜੀ ਹੈ ਨੀਂਦਰ ਨਹੀਂ ਜਾਂਦੀ ਤੇ ਨੀਂਦਰ ਦੀ ਮੁਥਾਜੀ ਹੈ ਗੱਲ ਥੋੜੀ ਦੂਜੀ ਹੈ ਅੱਖਾਂ ਚੋਂ ਵਾਸ਼ਨਾ ਨਹੀਂ ਜਾਂਦੀ ਤੇ ਸਮਝ ਲਵੋ ਵਾਸ਼ਨਾ ਦੀ ਮੁਥਾਜੀ ਹੈ ਬਾਰਾਂ ਬਾਰਾਂ ਘੰਟੇ ਸਿਮਰਨ ਕਰਕੇ ਭਾਂਡਾ ਭਰ ਲਓ ਜਰਾ ਜੀ ਵਾਸ਼ਨਾ ਅੱਖਾਂ ਦੀ ਗਲਤ ਬਣੇ ਮੈਂ ਕਹਿੰਦਾ ਸਾਰੀ ਬਾਲਟੀ ਭਰੀ ਡੁੱਲ ਜਾਂਦੀ ਮੁਥਾਜੀ ਹੈ ਆਓ ਜੀ ਛੋਟੀ ਉਮਰੇ ਪੁੱਗੀਆਂ ਰੂਹਾਂ ਅੱਜ 17ਵਾਂ ਭਾਗ ਹੈ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਣੀ ਅਤੇ ਕੋਈ ਉੱਠੇ ਨਾ ਐਂ ਟਿਕਾਓ ਬਣਾਈ ਰੱਖਿਓ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਇਹਨੂੰ ਬਾਬਾ ਜੀ ਸੇਵਾ ਲੈਣ ਸਾਰੀ ਕਿਰਪਾ ਕਰਿਓ ਜੀ ਜਿਹੜੇ ਸ਼ਬਦ ਨੂੰ ਆਧਾਰ ਬਣਾਇਆ ਪਹਿਲੇ ਉਹਦੀ ਹਾਜ਼ਰੀ ਲਾ ਲਓ ਜੀ ਰਾਮ ਜਪੋ ਰਾਮ ਜਪੋ ਜੀ ਐਸੇ ਐਸੇ ਰਾਮ ਜਪੋ ਰਾਮ ਜਪੋ ਗੁਰੂ ਪ੍ਰਹਿਲਾਦ ਜਪਿਓ ਹਰ ਜੈਸੇ ਹਰ ਜੈਸੇ ਰਾਮ ਜਪੋ ਰਾਮ ਜਪੋ ਜੈਸੇ ਐਸੇ ਰਾਮ ਜਪੋ ਭਾਵੇ ਤਾਂ ਹੁਕਮ ਮਨਾਵੇ ਇਸ ਵੇੜੇ ਗੋਮਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਵਨ ਜਾਣੀ ਕੋ ਕਬੀਰ ਭਜ ਸਾਰੰਗ ਪਾਣੀ ਕੋ ਕਬੀਰ ਭਜ ਸਭ ਏਕੋ ਦਨੀ ਗੁਰਵਾਰ ਪਾਰ ਸਭ ਏਕੋ ਦਨੀ
ਜੀ ਐਸੇ ਐਸੇ ਰਾਮ ਜਪ ਰਾਮ ਜਪੋ ਜੀ ਐਸੇ ਐਸੇ ਰਾਮ ਜਪੋ ਸਾਰੀ ਸੰਗਤ ਇੱਕ ਪ੍ਰਕਰਨ ਸਰਵਣ ਕਰ ਰਹੇ ਹੋ ਛੋਟੀ ਉਮਰੇ ਪੋਗੀਆਂ ਰੂਹ ਅੱਜ 17ਵਾਂ ਭਾਗ ਏ ਜਿਹੜਾ ਜ਼ਿਕਰ ਚੱਲ ਰਿਹਾ ਮੈਂ ਕੀ ਦੱਸਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੇ ਜੀਵਨ ਦਾ ਜ਼ਿਕਰ ਚੱਲ ਰਿਹਾ ਜੇ ਮੈਨੂੰ ਪਿਆਰ ਨਾਲ ਪੁੱਛੋ ਬਾਬਾ ਫਤਿਹ ਸਿੰਘ ਨੂੰ ਮਨਾ ਲਓ ਕਲਗੀ ਵਾਲੇ ਬਾਬਾ ਫਤਿਹ ਸਿੰਘ ਦੀ ਮੋੜਦੇ ਹੀ ਨਹੀਂ ਮੋੜਦੇ ਹੀ ਨਹੀਂ ਇਹ 1704 ਦੀ ਗੱਲ ਸੀ ਜਿਹੜੀ ਪਿਛਲੀ ਵਾਰੀ ਸੁਣੀ ਬਾਬਾ ਫਤਿਹ ਸਿੰਘ ਦੀ ਉਮਰ 3-4 ਸਾਲ ਇੱਕ ਸਾਲ ਦੇ ਮਾਤਾ ਜੀ ਚੋਲਾ ਬਦਲ ਗਏ ਮਾਤਾ ਜੀ ਵੱਡੇ ਭਰਾਤਾ ਨੂੰ ਕਿਹਾ ਮੈਨੂੰ ਖਿਡਾਓ ਕਹਿੰਦੇ ਤੂੰ ਛੋਟਾ ਹੈ ਜੇ ਵੀ ਸਾਡੀ ਕੋਲ ਖੇਡਾਂ ਵੱਡੀਆਂ ਔਰ ਜਿਹੜਾ ਇੱਕ ਦਸਤਾਰ ਉੱਤੇ ਦੂਜੀ ਅਤੇ ਤੀਜਾ ਦੁਮਾਲਾ ਚੌਥਾ ਦੁਮਾਲਾ ਪੰਜਵਾਂ ਹੋਰ ਉੱਚਾ ਜਦੋਂ ਆ ਕੇ ਫਿਰ ਤਿੰਨੇ ਵੱਡੇ ਭਰਾਤਾ ਨੂੰ ਕਹਿੰਦੇ ਹੁਣ ਮੈਂ ਤੁਹਾਡੇ ਨਾਲ ਖੇਡਣ ਜੋਗਾ ਬਣ ਗਿਆ ਆਖੋ ਸਤਨਾਮ ਦੇਖੋ ਕਲਗੀਧਰ ਨੇ ਝੋਲੀ 'ਚ ਲੈ ਲਿਆ ਦੀਵਾਨ 'ਚ ਲੈ ਗਏ ਉਹਦੇ ਬਾਅਦੋਂ ਫਿਰ ਕਲਗੀਧਰ ਨੇ ਕਿੱਡੀ ਵੱਡੀ ਵਡਿਆਈ ਬਾਬਾ ਫਤਿਹ ਸਿੰਘ ਜੀ ਨੂੰ ਦੇ ਦਿੱਤੀ ਮੇਰੇ ਬੜੇ ਪਿਆਰੇ ਨਿਹੰਗ ਸਿੰਘ ਨੀਲੇ ਬਾਣੇ ਵਾਲੇ ਇਸ ਤਰ੍ਹਾਂ ਦੇ ਦੁਮਾਲੇ ਸਜਾਇਆ ਕਰਨਗੇ ਇਹਨਾਂ ਤੋਂ ਆ ਰੀਤ ਇਹ ਵੀ ਟਕਸਾਲ ਮੈਂ ਕਈ ਵਾਰੀ ਸੋਚਦਾ ਸਾਂ ਵੀ ਨਿਹੰਗ ਸਿੰਘ ਜੀਆਂ ਨੂੰ ਲਾਡਲੀ ਫੌਜ ਕਿਉਂ ਕਹਿੰਦੇ ਬਾਜਾਂ ਵਾਲੀ ਲਾਡਲੀ ਫਿਰ ਜਦੋਂ ਰਾਈਟਰਾਂ ਨੂੰ ਪੜ੍ਹਿਆ ਸੰਤ ਰੈਣ ਸੁਖਵੀਰ ਸਿੰਘ ਕੁਝ ਹੋਰ ਰਾਈਟਰਾਂ ਨੂੰ ਜਿਨ੍ਹਾਂ ਨੂੰ ਝੋਲੀ 'ਚ ਲੈ ਕੇ ਇਹ ਚਲਾਇਆ ਬਾਬਾ ਫਤਿਹ ਸਿੰਘ ਉਹ ਲਾਡਲੇ ਸੀ ਛੋਟੀ ਉਮਰ ਸੀ ਉਹ ਲਾਡਲੇ ਸੀ ਉਸ ਕਰਕੇ ਫਿਰ ਬਹੁਤ ਸੰਗਤਾਂ ਪਿਆਰ ਨਾਲ ਉਹਨਾਂ ਬਖਸ਼ੀਆਂ ਰੂਹਾਂ ਨਿਹੰਗ ਸਿੰਘਾਂ ਜੀ ਨੂੰ ਵੀ ਗੁਰੂ ਦੀ ਲਾਡਲੀ ਫੌਜ ਉਹ ਬਾਬਾ ਫਤਿਹ ਸਿੰਘ ਲਾਡਲੇ ਸੀ ਆਖੋ ਸਤਿਨਾਮ ਉਹ ਬਾਬਾ ਫਤਿਹ ਸਿੰਘ ਜੀ ਦਾ ਜ਼ਿਕਰ ਚੱਲ ਰਿਹਾ ਜਿਨ੍ਹਾਂ ਦੀ ਗੁਰੂ ਗੋਬਿੰਦ ਸਿੰਘ ਮੋੜਦੇ ਹੀ ਨਹੀਂ ਆਖੋ ਸਤਿਨਾਮ ਇੰਨੀ ਕੁ ਗੱਲ ਵੇਖ ਕੇ ਕਿੱਡਾ ਝੋਲੀ ਭਰਤੀ ਤੇਰੇ ਤੋਂ ਇਹ ਵੀ ਟਕਸਾਲ ਚੱਲੇਗੀ ਨਿਹੰਗ ਸਿੰਘਾਂ ਜੀ ਪੰਥ ਦੀਆਂ ਲਾਡਲੀਆਂ ਫੌਜਾਂ ਵੀਰਵਾਰ ਆਉਣ ਵਾਲਿਓ ਬਾਬਾ ਫਤਿਹ ਸਿੰਘ ਜੀ ਕੋਲ ਉਹਨਾਂ ਦੀ ਮੋੜਦੇ ਨਹੀਂ ਕਲਗੀਆਂ ਲੰਮਾ ਨਹੀਂ ਕਰਾਂਗਾ ਮੰਗ ਲਓ ਬਾਬਾ ਫਤਿਹ ਸਿੰਘ ਜੀ ਟੱਠਣੀ ਬਖਸ਼ੀ ਰੱਖਣੀ ਜੀ ਬਾਬਾ ਫਤਿਹ ਸਿੰਘ ਜੀ ਟੱਠਣੀ ਬਖਸ਼ੀ ਰੱਖਣੀ ਜੀ ਬਾਬਾ ਟੱਠਣੀ ਡਗਾਰਾ ਹਾਂਜੀ ਬਾਬਾ
ਫਤਿਹ ਸਿੰਘ ਜੀ ਟੱਠੜੀ ਬਖਸ਼ੀ ਰੱਖਣੀ ਜੀ, ਬਾਬਾ ਫਤਿਹ ਸਿੰਘ ਜੀ ਟੱਠੜੀ ਬਖਸ਼ੀ ਰੱਖਣੀ ਜੀ ਬਾਬਾ। ਬਖਸ਼ੀ ਰੱਖਣੀ ਜੀ ਵਾਹੇ ਗੁਰੂ, ਗੁਰੂ ਬਿਨਾ ਮੈਂ ਨਾ ਹੀ ਹੋਰ, ਗੁਰੂ ਬਿਨਾ ਮੈਂ ਨਾ ਹੀ ਗੌਰ, ਨਾ ਹੀ ਗੌਰ ਵਾਹੇ ਵਾਹਿਗੁਰੂ ਵਾਹਿਗੁਰੂ ਬਹੁਤ ਘਰੀ ਪਰਾਉਣਾ ਇੱਕ ਘਰ ਦੇ ਬਣ ਜੋ ਟੱਠਣੀ ਟੱਠਣੀ ਤੇਰੇ ਕੋਈ ਢਵਾਂ ਬਹੁਤ ਘਰੀ ਪਰਾਉਣਾ ਜਿਉਂ ਰਹਿੰਦਾ ਭੁੱਖਾ ਬਾਬਾ ਫਤਿਹ ਸਿੰਘ ਜੀ ਟੱਠੜੀ ਬਖਸ਼ੀ ਰੱਖਣੀ ਜੀ ਬਾਬਾ ਫਤਿਹ ਸਿੰਘ ਜੀ ਟੱਠੜੀ ਬਖਸ਼ੀ ਰੱਖਣੀ ਬੋਲੋ ਭੈਣੋ ਚਾਬੀਆਂ ਜੇ ਬਾਬਾ ਫਤਿਹ ਸਿੰਘ ਕੋ ਲਾਡਲੇ ਬਾਬ ਜਨ ਪਾਲਣਾ ਕੌਣ ਕਰ ਰਿਹਾ ਮਾਤਾ ਗੁਜਰੀ ਜੀ ਆਖੋ ਸਾਧਨਾ ਦਾਦੀ ਜੀ ਮੈਨੂੰ ਗੱਲ ਜਚੀ ਹੈ ਮੈਂ ਖੋਲ ਦੇਣਾ ਤੁਹਾਡੇ ਲਿਖੀ ਹੈ ਕਲਗੀਧਰ ਚਮਤਕਾਰ ਵਿੱਚ ਭਾਈ ਵੀਰ ਸਿੰਘ ਜੀ ਮਾਤਾ ਗੁਜਰੀ ਜੀ ਦੋ ਮੰਤਵ ਲੈ ਕੇ ਪੋਤਰਿਆਂ ਨੂੰ ਪਾਲ ਰਹੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਾਰ ਸਿੰਘ, ਬਾਬਾ ਫਤਿਹ ਸਿੰਘ। ਮੈਨੂੰ ਬੜੇ ਵਧੀਆ ਲੱਗੇ ਨੇ ਉਹ ਦੋਵੇਂ ਮੰਤਵ। ਮਾਤਾ ਗੁਜਰੀ ਜੀ ਨੇ ਇੱਕ ਮੰਤਵ ਆ ਲਿਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਗੁਰ ਪਰਮੇਸ਼ਰ ਭਾਵਨਾ ਬਣੀ ਰਵੇ। ਬੜੇ ਧਿਆਨ ਨਾਲ ਸੁਣਿਆ ਬਾਬਾ ਫਤਿਹ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਤੇ ਗੁਰ ਪਰਮੇਸ਼ਰ ਭਾਵਨਾ ਬਣੀ ਰਵੇ, ਕੱਲੀ ਪਿਤਾ ਦੀ ਭਾਵਨਾ ਨਾ ਬਣੇ। ਆਖੋ ਸਾਧਨਾ ਮੇਰਾ ਪਿਤਾ ਕਲਗੀਆਂ ਵਾਲਾ, ਮੇਰਾ ਇਕੱਲਾ ਪਿਤਾ ਨਹੀਂ ਪੋਤਰੇ ਅੰਦਰ ਉਹ ਸਪਿਰਿਟ ਭਰ ਰਹੇ ਨੇ, ਉਹ ਸਪਿਰਿਟ ਗੁਰ ਪਰਮੇਸ਼ਰ ਵਾਲੀ ਭਾਵਨਾ ਬਣੀ ਰਹੇ, ਦੂਜੀ ਸਪਿਰਿਟ ਭਰਦੇ ਨੇ ਦਾਸਾ ਭਾਵ ਰਹੇ। ਆਖੋ ਸਾਧਨਾ ਦਾਸਾ ਭਾਵ। ਇਹ ਸਾਰੀ ਸੰਗਤ ਚੈੱਕ ਕਰੋ, ਸਾਡੀ ਵੀ ਕਲਗੀ ਧਰ ਤੇ ਗੁਰ ਪਰਮੇਸ਼ਰ ਭਾਵਨਾ ਹੈ ਕਿ ਨਹੀਂ? ਤੁਸੀਂ ਵੀ ਗੁਰ ਪਰਮੇਸ਼ਰ ਭਾਵਨਾ, ਮਾਤਾ ਗੁਜਰੀ ਜੀ ਇਹ ਮੰਤਵ ਦੋ ਲੈ ਕੇ ਚਲੇ। ਨਾਨਕ ਸੋਧੇ ਸਿਮਰਤ ਵੇਦ, ਨਾਨਕ ਸੋਧੇ ਸਿਮਰਤ ਵੇਦ, ਨਾਨਕ ਸੋਧੇ ਸਿਮਰਤ ਵੇਦ, ਨਾਨਕ ਸੋਧੇ ਸਿਮਰਤ ਵੇਦ, ਨਾਨਕ ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰ ਬ੍ਰਹਮ ਗੁਰ ਨਾਹੀ ਭੇਦ,
नाही पे पार परम गुर नाही पे असी रीस नहीं कर सकते। पर माता गुजरी जी दे दो पैहे नक्शे कदम ते चलना भावे पुत्र ने भावे धी है तुहाडी भावे पोतरे ने भावे पोतरियां ने मंतव एहो जे रख के पाले उन्हां नूं आखो साधना क्योंकि अज कुदरती प्रोग्राम स्कूल वल्लों हो रहा है बीबी कौलां जी पब्लिक स्कूल ब्रांच नंबर एक वल्लों ਸਾਡੀਆਂ ਵੀ ਇਹੀ ਭਾਵਨਾ ਮਾਤਾ ਕੀ ਅਸੀਸ ਪੁੱਤਾ ਮਾਤਾ ਕੀ ਅਸੀਸ ਮਾਤਾ ਕੀ ਅਸੀਸ ਪੁੱਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਬੋਲੋ ਆਹਾ ਸਪਿਰਿਟ ਰੱਖਿਓ ਅੱਜ ਮੈਨੂੰ ਇੱਕ बच्चे दी मां ने रोका दिता मैं कहती भी है बच्चे वास्ते नेम कीता है अरदास तुसी कर दे आखो सतनाम सीधा जाओगे उत्थे कर देना दरबार साहब जाओगे मैं रुका पढ़िया इन्हें पाठ जपजी साहब दे कीते ने मैं क्या किस वास्ते कहती मेरा बच्चा जिद्दी बड़ा है इनू बाबा दीप सिंह गुरु रामदास जिंदगी च दासा भाव झोली च पा दे रुका मेरी जेब च जे मैं कोई वो नहीं जे कह रहा फिर उन्हें थले आके ले गया भी ਇਹ ਕਿਉਂ ਕਰ ਦੋ ਨਾਨਕ ਹੋਸੀ ਵੀ ਸੱਚ ਅਤੇ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਅਤੇ ਸੰਤ ਭੇਟਿਆ ਨਾਨਕ ਮਨ ਪ੍ਰਗਾ ਸਤਿਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ ਇਹ ਸੰਪਟ ਹੁੰਦਾ ਹੈ ਕਹਿੰਦੀ ਇੱਕ ਮਾਲਾ ਮੈਂ ਰੋਜ਼ ਕੀਤੀ ਹੈ ਸੱਤ ਦਿਨ ਸੱਤ ਮਾਲਾ ਮੈਂ ਉਹਨੂੰ ਜਾਣ ਕੇ ਪੁੱਛਿਆ ਇਹ ਕਿਸ ਵਾਸਤੇ ਕਹਿੰਦੀ ਵਿਦਿਆ ਵਾਸਤੇ ਦੁਨਿਆਵੀ ਵਿਦਿਆ 'ਚ ਵੀ ਕਿਰਪਾ ਕਰੋ ਅੱਗੇ ਰੁਕੇ ਤੇ ਲਿਖਿਆ ਸੀ ਕਿਉਂ ਕਰ ਤੋਂ ਨਾਨਕ ਹੋਸੀ ਵੀ ਸੱਚ ਅਤੇ ਪੂਤਾ ਮਾਤਾ ਕੀ ਸਾਰਾ ਸ਼ਬਦ ਫਿਰ ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਰਾਮਦਾਸ ਕਹਿੰਦੀ 108 ਨਾਣਿਆਂ ਲਈ ਇੱਕ ਮਾਲਾ ਰੋਜ਼ ਸੱਤ ਦਿਨ ਇਹ ਮੈਂ ਕਿਹਾ ਇਹ ਕਰ ਦਿਆ ਸੀ ਕਹਿੰਦੀ ਜੋ ਇਹ ਸ਼ਬਦ ਵਿੱਚ ਦਰਗਾਈ ਸੀਸਾਂ ਨੇ ਨਾ ਗੁਰੂ ਅਰਜਨ ਦੇਵ ਦੀਆਂ ਸਾਰੇ ਸ਼ਬਦ 'ਚ ਬੱਚੇ ਨੂੰ ਦਰਗਾਈ ਸੀਸਾਂ ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਦ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤਨ ਰੰਗ ਤਮਾਸ਼ਾ ਪੂਰਨ ਆਸਾ ਕਵੇ ਨਾ ਪਿਆ ਭੇਜੇ ਮੈਂ ਕਿਹਾ ਇਹ ਸ਼ਬਦ ਇੱਕ ਮਾਲਾ ਰੋਜ਼ 108 ਦਾਣੇ ਦੀ ਕਰੋ 15-20 ਮਿੰਟ ਲੱਗਦੇ ਸੱਤ ਦਿਨ ਕੀਤੀ ਮੈਂ ਕਿਹਾ ਇਹ ਕਾਹਦੇ ਆਸੇ ਕਹਿੰਦੀ ਉਹ ਗਿਆਨ ਅੰਜਨ ਵਾਲਾ ਦੁਨਿਆਵੀ ਪੜ੍ਹਾਈ ਲਈ ਆ ਸ਼ਬਦ ਹੀ ਮਾਲਾ ਬੱਚੇ ਲਈ ਰੋਜ਼ ਕਿ ਮੇਰਾ ਬੱਚਾ ਵੀ ਕੀਰਤਨ ਕਰੇ ਆਖੋ ਸਾਧਨਾ ਮੇਰਾ ਬੱਚਾ ਵੀ ਅੰਮ੍ਰਿਤ ਧਾਰੀ ਰਵੇ ਮੇਰਾ ਬੱਚਾ ਵੀ ਗੁਰੂ ਗੋਬਿੰਦ ਸਿੰਘ ਦੇ ਕੇਸ ਸੰਭਾਲੇ ਮੇਰਾ ਬੱਚਾ ਵੀ ਗੁਰੂ ਗੋਬਿੰਦ ਸਿੰਘ ਦੀ ਚੁੰਨੀ ਤੇ ਦਸਤਾਰ ਸੰਭਾਲੇ ਕਰੀ ਜਕਾਰਾ ਦਿਓ ਪਿਆਰ ਦੇ ਨਾਲ ਆ ਮਾਵਾਂ ਅੰਦਰ ਦਾਦੀਆਂ ਅੰਦਰ ਦਰਦ ਹੋਵੇ ਪ੍ਰਚਾਰਕਾਂ ਦੀ ਆਪਣੀ ਡਿਊਟੀ ਹੈ ਸਭ ਤੋਂ ਵੱਡੀ ਪ੍ਰਚਾਰਕ ਮਾਂ ਆਖੋ ਸਤਨਾਮ